ਪੀਸੀਐਚਐਸ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਦਾ ਪ੍ਰੋਗਰਾਮ ਪਰ ਚੋਲ ਲੈ ਕੇ ਹਾਜ਼ਰਾਂ ਮੈਂ ਕਿਰਨ ਜੋਤ ਇਸ ਪ੍ਰੋਗਰਾਮ ਚ ਅਸੀਂ ਵਿਚਾਰ ਚਰਚਾ ਕਰਦੇ ਹਾਂ ਬੀਤੇ ਹਫਤੇ ਦੀਆਂ ਮੁੱਖ ਖਬਰਾਂ ਬਾਰੇ ਅੱਜ ਜਿਹੜੀਆਂ ਖਬਰਾਂ ਅਸੀਂ ਇਸ ਪ੍ਰੋਗਰਾਮ ਲਈ ਚੁਣੀਆਂ ਨੇ ਉਹਨਾਂ ਦੀ ਸ਼ੁਰੂਆਤ ਕਰਾਂਗੇ ਯੂਐਸ ਜੇ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਦੇ ਨਾਲ ਤੇ ਫਿਰ ਰੁਕ ਕਰਾਂਗੇ ਕੈਨੇਡਾ ਦੇ ਅਨਟੈਲ ਯੂ ਬੈਕ ਟੂ ਸਕੂਲ ਪਲਾਨ ਵਾਲੇ ਵੀ ਚੈਰਿਟੀ ਦੇ ਮਸਲੇ ਵਾਲੀ ਨਜ਼ਰ ਮਾਰਾਂਗੇ ਤੇ ਫਿਰ ਦੇਖਾਂਗੇ ਕਿ ਪਾਰਲੀਮੈਂਟ ਨੂੰ ਜਿਹੜਾ ਸਥਾਗਤ ਕੀਤਾ ਗਿਆ ਉਹਦਾ ਕਾਰਨ ਕੀ ਹੈ ਤੇ ਕੌਨਫੀਡੈਂਸ ਵੋਟਸ ਜੇ ਹੋਈਆਂ ਤਾਂ ਉਹਦਾ ਅਸਰ ਕੀ ਰਹੇਗਾ ਤੇ ਫਿਰ ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਵੱਲ ਚਲਦੇ ਹੋਏ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਅਹਿਮ ਕਦਮਾਂ ਬਾਰੇ ਜੋ ਉਹਨਾਂ ਨੇ ਕੋਰੋਨਾ ਨੂੰ ਲੈ ਕੇ ਪਿਛਲੇ ਹਫ਼ਤੇ ਹੀ ਅਨਾਉਂਸ ਕੀਤੇ ਨੇ ਤੇ ਹੁਣ ਇਸ ਪ੍ਰੋਗਰਾਮ 'ਚ ਵਿਚਾਰ ਚਰਚਾ ਲਈ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰਦੇ ਹਾਂ ਬਲਦੇਵ ਮੋਟਾ ਜੀ ਦਾ ਬਲਦੇਵ ਜੀ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਥੈਂਕ ਯੂ ਕਰੰਜੀ ਥੈਂਕ ਯੂ ਵੈਰੀ ਮਚ ਪਹਿਲਾ ਸਵਾਲ ਜਿਹੜਾ ਇਸ ਪ੍ਰੋਗਰਾਮ 'ਚ ਅੱਜ ਦਮੇ ਲੈ ਕੇ ਆਇਆ ਈਆਂ ਉਹ ਯੂਐਸ ਚੋਣਾਂ ਬਾਰੇ ਯੂਐਸ ਚੋਣਾਂ ਦੇ ਦੋ ਪੱਖ ਨੇ ਇੱਕ ਪਾਸੇ ਕਰੋਨਾ ਵਾਇਰਸ ਤੇ ਜਿਹੜੀ ਬਲੈਕ ਕਮਿਊਨਿਟੀ ਦਾ ਰੋਸ਼ ਇਸ ਸਾਲ 'ਚ ਦੇਖਣ ਨੂੰ ਸਾਨੂੰ ਮਿਲਿਆ ਹੈ ਉਸ ਬਾਰੇ ਥੋੜਾ ਦੱਸਣਾ ਕਿ ਉਹ ਕਿਸ ਤਰ੍ਹਾਂ ਚੋਣਾਂ ਦੇ ਰਿਜ਼ਲਟ ਤੇ ਅਸਰ ਪਾ ਸਕਦਾ ਹੈ ਤੇ ਨਾਲ ਹੀ ਜਿਹੜਾ ਜੋਏ ਬਿਦਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਆਪਣਾ ਉਪ ਰਾਸ਼ਟਰਪਤੀ ਚੁਣਿਆ ਉਹ ਕਿੰਨਾ ਕੁ ਜਿਹੜਾ ਡਿਸੀਜਨ ਹੈ ਉਸ ਸਰਕਾਰ ਦਾ ਉਹ ਕਾਰਗਰ ਸਾਬਤ ਹੋ ਸਕਦਾ ਹੈ ਤੇ ਅਸਲ 'ਚ ਦੱਸਿਓ ਕਿ ਇਹ ਦੋਨਾਂ ਧਿਰਾਂ ਵੱਲੋਂ ਕੀ ਕੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਇਲੈਕਸ਼ਨਸ ਤੇ ਕੀ ਅਸਰ ਪਵੇਗਾ ਜੀ ਆ ਅਮ ਕਰਿੰਜੋਚੀ ਇੱਕ ਤਾਂ ਜਿਹੜੇ ਜੀ ਆਪਾਂ ਅਮਰੀਕਾ ਦੀ ਕੋਰੋਨਾ ਵਾਇਰਸ ਤੇ ਨਾਲ ਲੜਾਈ ਦੀ ਗੱਲਬਾਤ ਕਰੀਏ ਉਹਹ तकरीबन तकरीबन ਇੱਕ ਕਿਸਮ ਦਾ ਇੱਕ ਵਿਕਸਿਤ ਦੇਸ਼ ਹੋਣ ਦੇ ਲਾਗੇ ਇੱਕ ਬਹੁਤ ਜ਼ਿਆਦਾ ਅਮੀਰ ਦੇਸ਼ ਹੋਣ ਦੇ ਲਾਗੇ ਜਿੱਥੇ ਇਹਨਾਂ ਦੀਆਂ ਕਾਰਪੋਰੇਸ਼ਨਸ ਕੋਲੇ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀਗਾ ਕਿ ਜਿਹੜੀ ਐਪਲ ਕੰਪਨੀ ਆ ਉਹਨਾਂ ਦੀ ਜਿਹੜੀ ਐਸੈਟਸ ਆ 2 ਟ੍ਰਿਲੀਅਨ ਡਾਲਰ ਸੋ ਇੱਕ ਕੰਪਨੀ ਦੇ 2 ਟ੍ਰਿਲੀਅਨ ਡਾਲਰ ਤੇ ਐਸੈਟਸ ਹੋਣ ਇਹਨਾਂ ਅਮੀਰ ਮੁਲਕ ਹੋਵੇ ਤੇ ਉਹਦੇ ਤੋਂ ਕੋਰੋਨਾ ਵਾਇਰਸ ਨਾਲ ਟੈਕਲ ਨਾ ਕਰ ਸਕਦਾ ਹੋਵੇ ਇਹ ਤਾਂ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਜਿਹੜੀ ਪੋਲੀਟੀਕਲ ਜਿਹੜੀ ਇਹਨਾਂ ਦੀ ਸਿਆਸਤ ਆ ਉਹ ਇੰਨੀ ਜ਼ਿਆਦਾ ਆਪਸ ਵਿੱਚ ਟਕਰਾਉ ਭੂਰਨ ਆ ਕਿ ਇਹ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਤੇ ਦੂਸਰੇ ਪਾਸੇ ਜਿਹੜੇ ਕਰੰਟ ਜਿਹੜੇ ਰਾਸ਼ਟਰਪਤੀ ਆ 트럼ਪ ਸਾਹਿਬ ਉਹ ਕੋਈ ਇਹੋ ਜਿਹਾ ਫੈਸਲਾ ਲੈਣਾ ਬਣੀ ਚਾਹਤੇ ਉਹਨਾਂ ਵਾਸਤੇ ਕਰੋਨਾ ਵਾਇਰਸ ਦੇ ਨਾਲ ਅਮਰੀਕਾ ਦੀ ਮੌਤ ਦਾ ਕੋਈ ਕੋਈ ਇੱਕ ਕਿਸਮ ਦਾ ਲੈਣਾ ਦੇਣਾ ਹੀ ਨਹੀਂਗਾ ਉਹਨਾਂ ਨੂੰ ਲੈਣਾ ਦੇਣਾ ਹੈਗਾ ਕਿ ਕੀ ਜਿਹੜੀ ਸਟਾਕ ਐਕਸਚੇਂਜ ਆ ਉਹ ਉੱਤੇ ਨੂੰ ਜਾ ਰਹੀ ਆ ਕੀ ਇਕਨੋਮੀ ਖੁੱਲੂਗੀ ਇਕਨੋਮੀ ਦੇ ਨਾਲ ਅਮਰੀਕਾ ਫੇਰ ਮੁੜ ਕੇ ਆਊਗਾ ਤਾਂ ਉਹਨਾਂ ਦੇ ਜਿੰਨੇ ਵੀ ਡਿਸੀਜਨ ਅੱਜ ਤੱਕ ਹੋਏ ਆ ਉਹ ਤਕਰੀਬਨ ਇਸ ਕਰਕੇ ਹੋਏ ਆ ਕਿ ਕਿਸੇ ਤਰੀਕੇ ਨਾਲ ਅਮਰੀਕਾ ਦੀ ਇਕਨੋਮੀ ਦੇ ਵਿੱਚ ਜਿਹੜੇ ਅਮਰੀਕਾ ਦੇ ਤਣਾਅ ਦਾ ਉਹਨਾਂ ਨੂੰ ਕਿਵੇਂ ਫਾਇਦਾ ਹੁੰਦਾ ਸੋ ਇੱਕ ਪਾਸੇ ਤਾਂ ਇਹ ਪੂਰਾ ਜਾਨੀ ਅਮਰੀਕਾ ਦੇ ਵਿੱਚ ਦੇਖਣ ਵਿੱਚ ਆਇਆ ਕਿ ਇਹ ਇੱਕ ਸੰਘਰਸ਼ ਚੱਲ ਰਿਹਾ ਦੂਸਰੇ ਪਾਸੇ ਅਮਰੀਕਾ 'ਚ ਇਹ ਸੰਘਰਸ਼ ਚਲਾਇਆ ਹੋਇਆ 트ੰਪ ਸਾਹਿਬ ਨੇ ਉਹਨਾਂ ਨੂੰ ਲੱਗਦਾ ਕਿ ਜੇ ਉਹ ਆ ਅ ਅਮਰੀਕਾ ਦੇ ਵਿੱਚ ਵੱਖਪਾਤ ਕਰਨਗੇ ਪੱਖਪਾਤ ਕਰਨਗੇ ਇੱਕ ਕਿਸਮ ਦੀਆਂ ਬਲੈਕਸ ਨੂੰ ਦਬਾਉਣ ਦੀਆਂ ਗੱਲਾਂ ਕਰਨਗੇ ਉਹ ਮੇਕ ਅਮਰੀਕਾ ਗ੍ਰੇਟ ਦੀਆਂ ਗੱਲਾਂ ਕਰਨਗੇ ਤੇ ਉਹ ਜਿਹੜਾ ਕੁਝ ਟ੍ਰੈਡੀਸ਼ਨਲੀ ਗੱਲਬਾਤ ਸੀ ਉਸ ਨੂੰ ਬਰਕਰਾਰ ਰੱਖਣ ਵਾਸਤੇ ਗੱਲਬਾਤ ਕਰਨਗੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਬੇਸ ਆ 35% ਦੇ ਕਰੀਬ ਗਿਵਨ ਟੇਕ 35% ਜਿਹੜਾ ਬੇਸ ਆ ਭਈ ਉਹ ਨਹੀਂ ਕਟਣਾ ਚਾਹੀਦਾ ਮੇਰਾ ਉਹ ਉੱਥੇ ਹੀ ਰਵੇ ਸੋ ਜਿੰਨੀਆਂ ਵੀ ਗੱਲਾਂ ਕਰਦੇ ਆ ਅਗਰ ਤੁਸੀਂ ਦੇਖੋ ਉਹ ਹਜੇ ਵੀ ਮਤਲਬ ਕਿ ਇੱਕ ਇੱਕ ਕਿਸਮ ਦੀਆਂ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਜਿਹੜੇ ਗੋਰੇ ਆ ਉਹ ਇੱਕ ਪਾਸੇ ਹੋ ਜਾਣ ਬਾਕੀ ਸਾਰੀਆਂ ਮਿਨੋਰਟੀਜ਼ ਇੱਕ ਪਾਸੇ ਹੋ ਜਾਣ ਜਿਹੜੇ ਤਾਕਤ ਪਰ ਕਾਰਪੋਰੇਸ਼ਨਸ ਆ ਉਹ ਇੱਕ ਪਾਸੇ ਹੋ ਜਾਣ ਜਿਹੜੇ ਗਰੀਬ ਲੋਕ ਆ ਦਬੇ ਕੁਚਲੇ ਲੋਕਾਂ ਉਹਨਾਂ ਦੀ ਸਪੋਰਟ ਦਾ ਜਦੋਂ ਮ ਸਾਹਮਣਾ ਆਂਦਾ ਉਹ ਇੱਕ ਪਾਸੇ ਹੋ ਜੇ ਸੋ ਇਹ ਜਿਹੜੀ ਇੰਨੀ ਜ਼ਿਆਦਾ ਟਕਰਾਓ ਅਮਰੀਕਾ ਦੇ ਵਿੱਚ ਹੋਈ ਆ ਇਹ ਐਸ ਕਰਕੇ ਵੀ ਕਰੋਨਾ ਵਾਇਰਸ ਨੂੰ ਡੀਲ ਨਹੀਂ ਕਰ ਸਕੇ ਕਿਉਂਕਿ ਇਹਨਾਂ ਦੀ ਜਿਹੜੀ ਆਪਸੀ ਟੱਕਰ ਆ ਉਹ ਬੜੀ ਜ਼ਬਰਦਸਤ ਆ ਦੂਸਰੇ ਪਾਸੇ ਅੱਜ ਤੋਂ ਕੁਝ ਥੇਰ ਪਹਿਲਾਂ ਮੇਰੇ ਖਿਆਲ ਚ ਮਹੀਨਾ ਖੋ ਗਿਆ ਹੋਣਾ ਮਹੀਨਾ ਪਹਿਲਾਂ 100 ਇਨਫਲੂਐਂਸ਼ੀਅਲ ਬਲੈਕ ਰਾਈਟਰਸ ਨੇ ਅਮਰੀਕਾ ਚ ਇੱਕ ਚਿੱਠੀ ਲਿਖੀ ਡੈਮੋਕ੍ਰੈਟਿਕ ਪਾਰਟੀ ਨੂੰ ਤੇ ਜੋ ਬਾਈਡਨ ਸਾਹਿਬ ਨੂੰ ਕਿ ਅਗਰ ਤੁਸੀਂ ਉਪ ਰਾਸ਼ਟਰਪਤੀ ਇੱਕ ਬਲੈਕ ਫੀਮੇਲ ਨਾ ਲਿਆਂਦੀ ਤਾਂ ਤੁਸੀਂ ਗਾਰੰਟੀਆਂ ਨਾ ਸਮਝੋ ਕਿ ਬਲੈਕ ਕਮਿਊਨਿਟੀ ਤੁਹਾਨੂੰ ਵੋਟਾਂ ਪਾਉਂ ਇਹ ਇੱਕ ਉਹਨਾਂ ਦਾ ਸਾਹਮਣੇ ਜਿਹੜਾ ਨਜ਼ਰੀਆ ਸੀਗਾ ਇਹ ਜਦੋਂ ਉੱਭਰ ਕੇ ਸਾਹਮਣੇ ਆਇਆ ਤਾਂ ਮੈਨੂੰ ਲੱਗਦਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਾਫੀ ਅੰਦਰੂਨੀ ਤੌਰ ਤੇ ਗੱਲਾਂបਾਤਾਂ ਹੋਈਆਂ ਹੋਣਗੀਆਂ ਬਈ ਕਿਸ ਤਰੀਕੇ ਨਾਲ ਹੁਣ ਅਸੀਂ ਇਹ ਡੀਲ ਕਰੀਏ ਕੀ ਅਸੀਂ ਹਰ ਹਾਲਤ ਦੇ ਵਿੱਚ ਟਰੰਪ ਸਾਹਿਬ ਨੂੰ ਹਰਾਣਾ ਜੇ ਅਸੀਂ ਹਰ ਹਾਲਤ ਦੇ ਵਿੱਚ ਟਰੰਪ ਸਾਹਿਬ ਨੂੰ ਹਰਾਣਾ ਤਾਂ ਫਿਰ ਅਸੀਂ ਕਿਹੜੇ ਕੈਂਡੀਡੇਟ ਨੂੰ ਸਾਹਮਣੇ ਲਿਆਈਏ ਜਿਹੜਾ ਕੈਂਡੀਡੇਟ ਤਕਰੀਬਨ ਤਕਰੀਬਨ ਸਾਡੀ ਵੀ ਰੱਖ ਲਵੇ ਕਿ ਐਤਾ ਸੇਮ ਟਾਈਮ ਬਲੈਕ ਕਮਿਊਨਿਟੀ ਦੀ ਵੀ ਰੱਖ ਲੈ ਤਾਂ ਉਹਦੇ ਵਿੱਚੋਂ ਜਿਹੜਾ ਸਾਹਮਣੇ ਉੱਪਰ ਕੇ ਕੈਂਡੀਡੇਟ ਆਇਆ ਉਹ ਕਮਾਲਾ ਹੈਰਿਸ ਸੀਗੀ ਸੋ ਹੁਣ ਇੱਕ ਹੋਰ ਵਿਚਾਰ ਅਮਰੀਕਾ ਦੇ ਵਿੱਚ ਕਿਰਨਜੀ ਸਾਹਮਣੇ ਆ ਗਿਆ ਉਹ ਉਹ ਇਹ ਆਇਆ ਕਿ ਸ਼ੀ ਇਸ ਨਾਟ ਬਲੈਕ ਇਨਾਫ ਭਈ ਉਹ ਬਲੈਕ ਤਾਂ ਕਹਿੰਦੀ ਆ ਆਪਣੇ ਆਪ ਨੂੰ ਪਰ ਉਹ ਰੀਅਲ ਬਲੈਕ ਨਹੀਂਗੀ ਸੋ ਇਹ ਬੜੀ ਹੈਰਾਨੀਜਨਕ ਗੱਲ ਆ ਵੀ ਵਾਟਸ ਇਟ ਮੀਨ ਟੂ ਬੀ ਅ ਰੀਅਲ ਬਲੈਕ ਹੁਣ ਆਉਣ ਵਾਲੇ ਟਾਈਮਾਂ ਚ ਆਪਾਂ ਹੋ ਸਕਦਾ ਕਿ ਇਸੇ ਪਰਚੋਲ ਤੇ ਇਹਦੇ ਉੱਤੇ ਵੀ ਥੋੜਾ ਜਿਹਾ ਡਿਸਕਸ਼ਨ ਕਰੀਏ ਵੀ ਜਿਹੜਾ ਰੀਅਲ ਬਲੈਕ ਆ ਤੇ ਕੱਲ ਨੂੰ ਆਪਣੇ ਦੋਨਾਂ ਤੇ ਵੀ ਇਹ ਕਿੰਤੂ ਪ੍ਰੰਤੂ ਹੋ ਸਕਦਾ ਵੀ ਤੁਸੀਂ ਤਾਂ ਰੀਅਲ ਸਾਊਥ ਏਸ਼ੀਅਨ ਹੀ ਐ ਨਹੀਂ ਕੇ ਰੀਅਲ ਸਾਊਥ ਏਸ਼ੀਅਨ ਤਾਂ ਇਹੋ ਜਿਹਾ ਹੁੰਦਾ ਤੋ ਇਹ ਜਿਹੜਾ ਆਣ ਵਾਲਾ ਜਿਹੜਾ ਵਾਈਟ ਪ੍ਰਿਵਿਲੇਜ ਤੋਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਉਹ ਵੀ ਇੱਕ ਬੜਾ ਸ਼ਸ਼ੋਪੰਜ ਪਾਣ ਵਾਲੀਆਂ ਗੱਲਾਂ ਹੁੰਦੀਆਂ ਡਿਵਾਈਸਿਵ ਪੋਲਿਟਿਕਸ ਇਹਨੂੰ ਕਹਿੰਦੇ ਆ ਉਹ ਡਿਵਾਈਸਿਵ ਪੋਲਿਟਿਕਸ ਆ ਸੋ ਮੈਨੂੰ ਲੱਗਦਾ ਕਿ ਆਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਨਾ ਤਾਂ ਸਿਰਫ ਇਹ ਕੋਰੋਨਾ ਵਾਇਰਸ ਨੂੰ ਨਹੀਂ ਟੈਕਲ ਕਰ ਸਕਣਗੇ ਪਰ ਜਿਹੜਾ ਹੁਣ ਅਮਰੀਕਾ ਦੇ ਵਿੱਚ ਅ ਡਿਵਾਈਡ ਹੋ ਚੁਕੇ ਆਪ ਇੱਕ ਪਾਸੇ ਵਾਈਟ ਆ ਦੂਸਰੇ ਪਾਸੇ ਸਾਰੀਆਂ ਵਿਜ਼ਿਬਲ ਮਨੋਰਿਟੀਜ਼ ਇਕੱਠੀਆਂ ਹੋ ਗਈਆਂ ਹੁਣ ਪਿੱਛੇ ਜੇ ਖਬਰ ਡਾਕਟਰ ਕਿਰਨ ਚੋਚੀ اے ਵੀ ਆਈ ਆ ਕਿ ਸਾਰਿਆਂ ਨਾਲੋਂ ਜ਼ਿਆਦੇ ਹਥਿਆਰ ਜੁਲਾਈ ਦੇ ਮਹੀਨੇ ਚ ਬਲੈਕ ਕਮਿਊਨਿਟੀ ਨੇ ਖਰੀਦੇ ਇਹਦਾ ਮਤਲਬ ਅੰਦਰੋਂ ਅੰਦਰੀ ਕਮਿਊਨਿਟੀਜ਼ ਨੂੰ ਇਹ ਪਤਾ ਲੱਗ ਗਿਆ ਕਿ ਟਰੰਪ ਸਾਹਿਬ ਹਾਰਨ ਵਾਲੇ ਆ ਟਰੰਪ ਸਾਹਿਬ ਨੇ ਵਾਈਟ ਹਾਊਸ ਛੇਤੀ ਕੀਤੇ ਛੱਡਣਾ ਨਹੀਂ ਇਹ ਹੋ ਸਕਦਾ ਕਿ ਜਿਹੜੇ ਟਰੰਪ ਸਾਹਿਬ ਦੇ ਸਪੋਰਟਰ ਆ ਕਿਉਂਕਿ ਉਹ ਵਾਈਟ ਆ ਤੇ ਕਿਉਂਕਿ ਉਹ ਹਥਿਆਰਬੰਦ ਆ ਤੇ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਵਾਰੀ ਉਹ ਕਿ ਕਿਸੇ ਸਟੇਟ ਦੇ ਵਿੱਚ ਅਸੈਂਬਲੀ ਦੇ ਵਿੱਚ ਵੀ ਚਲੇ ਗਏ ਹਥਿਆਰ ਲੈ ਕੇ ਜਦੋਂ ਕਿ ਮਨਾਹੀ ਆ ਪਰ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ 'ਚ ਕੀ ਕੁਝ ਵਾਪਰ ਸਕਦਾ ਕੀ ਸਿਵਲ ਵਾਰ ਲੱਗ ਸਕਦੀ ਆ ਕੀ 트럼ਪ ਸਾਹਿਬ ਇਹ ਆਰਡਰ ਕਰਨਗੇ ਕਿ ਜਿਵੇਂ ਉਹ ਆਲਰੇਡੀ ਕਹੀ ਜਾਂਦੇ ਆ ਵੀ ਵੋਟਾਂ ਨਹੀਂ ਪਾਣੀਆਂ ਪੋਸਟਲ ਸਰਵਿਸ ਨੂੰ ਬੰਦ ਕਰ ਦਿੱਤਾ ਜਾਵੇ ਉਹ ਨਾਤੋ ਪੈਸੇ ਨਾ ਉਹਨਾਂ ਨੂੰ ਦਿੱਤੇ ਜਾਣ ਆ ਇਹ VOTING FRAUD ਆ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਇਹ ਮੇਰਾ ਖਿਆਲ ਚ ਇੱਕ ਅਮਰੀਕਾ ਦੀ ਡੈਮੋਕਰੇਸੀ ਨੂੰ ਵੀ ਖਤਮ ਕਰਦੀਆਂ ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਸਿਰਫ ਕੋਰੋਨਾ ਵਾਇਰਸ ਨਾਲ ਹੀ ਨਹੀਂ ਅਮਰੀਕਾ ਲੜ ਰਿਹਾ ਉਹ ਡੈਮੋਕਰੇਸੀ ਨੂੰ ਬਰਕਰਾਰ ਕਰਨ ਲਈ ਵੀ ਲੜ ਰਿਹਾ ਉਹ ਇੱਕ ਪਾਸੇ ਗੋਰੇ ਤੇ ਇੱਕ ਪਾਸੇ ਬਾਕੀ ਸਾਰੀਆਂ ਉਹਨਾਂ ਦੀਆਂ ਮਾਈਨੋਰਟੀਜ਼ ਉਹਨਾਂ ਨਾਲ ਵੀ ਲੜ ਰਿਹਾ ਦੂਜੇ ਪਾਸੇ ਉਹਨਾਂ ਦੀ ਇਕਨੋਮੀ ਬਿਲਕੁਲ ਟੁੱਟ ਚੁੱਕੀ ਆ ਉਹਦੇ ਨਾਲ ਵੀ ਲੜ ਰਿਹਾ ਤੇ ਤੀਸਰੇ ਪਾਸੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਅਦਰੂਨੀ ਜਿਹੜੀਆਂ ਕਸ਼ਿਸ਼ ਆ ਜਿਹਦੇ ਚ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਆਪਣਾ ਦੁਸ਼ਮਣ ਬਣਾ ਲਿਆ ਚੀਨ ਨੂੰ ਰਸ਼ੀਆ ਨੂੰ ਯੂਰੋਪੀਅਨ ਯੂਨੀਅਨ ਨੂੰ ਜਿਹੜੇ ਵੀ ਉਹਨਾਂ ਦੇ ਨਾਲ ਟ੍ਰੈਡੀਸ਼ਨਲੀ ਖੜੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਆਪਣਾ ਦੁਸ਼ਮਣ ਬਣਾ ਲਿਆ ਸੋ ਮੈਨੂੰ ਲੱਗਦਾ ਕੁੱਲ ਮਿਲਾ ਕੇ ਬਈ ਅਮਰੀਕਾ ਨੂੰ ਇਹਨੂੰ ਕੋਈ ਕੱਢਣ ਵਾਲਾ ਕੋਈ ਤਕੜਾ ਬੰਦਾ ਆਵੇ ਤਾਂ ਹੀ ਹੋ ਸਕਦਾ ਥੋੜੀ ਦੇਰ ਲਈ ਨਿਕਲ ਜੇ ਵਰਨਾ ਇਹਨਾਂ ਨੇ ਜੋ ਨਫ਼ਰਤ ਇੱਕ ਦੂਸਰੇ ਚ ਪੈਦਾ ਕੀਤੀ ਅਮਰੀਕਾ ਚ ਮੈਨੂੰ ਲੱਗਦਾ ਉਹ ਛੇਤੀ ਕੀਤੇ ਜਾਣ ਵਾਲੀ ਨਹੀਂਗੀ ਜੀ ਬਿਲਕੁਲ ਬਲਦੀਪ ਜੀ ਸਰਕਾਰਾਂ ਤਾਂ ਚਲੀਆਂ ਜਾਂਦੀਆਂ ਨੇ ਪਰ ਜਿਹੜੀ ਨਫ਼ਰਤ ਤੇ ਦੁਸ਼ਮਣੀ ਕਮਿਊਨਿਟੀਜ਼ ਚ ਛੱਡ ਜਾਂਦੀਆਂ ਨੇ ਉਹ ਸਾਲੋਂ ਸਾਲ ਸਦੀਆਂ ਸਦੀਆਂ ਨਹੀਂ ਜਾਂਦੀ ਤੇ ਇਹ ਤਾਂ ਫੈਸਲਾ ਹੁਣ ਅਮਰੀਕਾ ਦੇ ਲੋਕਾਂ ਨੇ ਕਰਨਾ ਹੈ ਤੇ ਇਹਦਾ ਪਤਾ ਵੀ ਸਾਨੂੰ ਨਵੰਬਰ 'ਚ ਛਲੇਗਾ ਤੇ ਹੁਣ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਜੁਆਨ ਟੈਰੀਓ ਦੇ ਬੈਕ ਟੂ ਸਕੂਲ ਪਲਾਨ ਬਾਰੇ ਪਿਛਲੇ ਹਫਤੇ ਹੀ ਅਸੀਂ ਗੱਲ ਕਰਕੇ ਹਟੀਆਂ ਕਿ ਸਰਕਾਰਾਂ ਨੂੰ ਹਜੇ ਨਹੀਂ ਦੂਰੰਦੇਸ਼ੀ ਨਹੀਂ ਹੈ ਕਿ ਉਹ ਸਕੂਲ ਸ਼ੁਰੂ ਕਰਨ ਬਾਰੇ ਸੋਚ ਰਹੀਆਂ ਨੇ ਪਰ ਹੁਣ ਜਿਹੜਾ ਸਰਵੇ ਉਹਨਾਂ ਨੇ ਕਰਵਾਇਆ ਸੀ ਉਹਦਾ ਜਿਹੜਾ ਨਤੀਜਾ ਆਇਆ ਉਸ ਚ ਇਹ ਪਤਾ ਚੱਲਿਆ ਕਿ 71% ਜਿਹੜੇ ਪੈਰੈਂਟਸ ਨੇ ਮਾਪੇ ਨੇ ਉਹੀ ਚਾਹੁੰਦੇ ਨੇ ਕਿ ਬੱਚੇ ਸਤੰਬਰ ਤੋਂ ਸਕੂਲ ਆਪਣੇ ਸ਼ੁਰੂ ਕਰਨ ਤੇ ਇਹਦੇ ਪਿੱਛੇ ਕਾਰਨ ਵੀ ਬਹੁਤ ਹੋ ਸਕਦੇ ਨੇ ਤੇ ਇਹਦਾ ਦੇਖਿਆ ਜਾਏ ਤਾਂ ਨੁਕਸਾਨ ਵੀ ਬਹੁਤ ਹੋ ਸਕਦਾ ਹੈ ਇਸ ਤੇ ਥੋੜੀ ਰੋਸ਼ਨੀ ਪਾਓ ਜੀ ਇਹ ਇਹ ਡਾਕਟਰ ਕਰਨ ਚੌਰਚੇ ਦੋ ਪਹਿਲੂ ਆ ਇੱਕ ਤਾਂ ਹੈ ਕਿ ਮਾਪੇ ਚਾਹਦੇ ਆ ਕਿ ਸਾਡੇ ਬੱਚਿਆਂ ਦੀ ਪੜਾਈ ਨਾ ਖਰਾਬ ਹੋਵੇ ਤੇ ਉਹ ਸੈਕੰਡ ਆਏਗਾ ਕਿ ਆਪਾਂ ਥੋੜਾ ਜਿਹਾ ਮਾਪੇ ਚਾਹਦੇ ਆ ਵੀ ਥੋੜਾ ਜਿਹਾ ਪ੍ਰੈਸ਼ਰ ਕਮਿਊਨਿਟੀ ਵੱਲੋਂ ਪਾਇਆ ਜਾਵੇ ਕਿ ਸਰਕਾਰ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖੇ ਬਈ ਜਿਹੜਾ ਵੀ ਕੁਝ ਉਹਨਾਂ ਨੇ ਚਾਹੇ ਉਹ ਮਾਸਕ ਮਿਲਣ ਚਾਹੇ ਉਹਨਾਂ ਨੂੰ ਹੈਂਡ ਸੈਨੀਟਾਈਜ਼ਰ ਮਿਲਣ ਚਾਹੇ ਸੋਸ਼ਲ ਡਿਸਟੈਂਸਿੰਗ ਹੋਵੇ ਚਾਹੇ ਕਿਸੇ ਤਰੀਕੇ ਦਾ ਵੀ ਉਹ ਇੰਤਜ਼ਾਮ ਕਰਨ ਬਈ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਸੋ ਇੱਕ ਤਾਂ ਇਹ ਲੋਕਾਂ ਦਾ ਪ੍ਰੈਸ਼ਰ ਆ ਇਸ ਕਰਕੇ ਮਾਪੇ ਚਾਹਦੇ ਆ ਕਿ ਸਾਡੇ ਬੱਚੇ ਸਕੂਲ ਚ ਜਾਣ ਦੂਸਰੇ ਪਾਸੇ ਮੇਰੀ ਇੱਕ ਹੋਰ ਮੇਰਾ ਇੱਕ ਨਜ਼ਰੀਆ ਉਹ ਨਜ਼ਰੀਆ ਇਹ ਆ ਕਿ ਆਪਾਂ ਇੱਕ ਛੋਟੇ ਬੱਚਿਆਂ ਤੋਂ ਕਿਸ ਤਰ੍ਹਾਂ ਇਹ ਐਕਸਪੈਕਟ ਕਰ ਸਕਦੇ ਆ ਹਾਈ ਸਕੂਲ ਦੇ ਬੱਚਿਆਂ ਤੋਂ ਜਿਹੜੇ 16 ਸਾਲ ਤੋਂ ਵੱਡੇ ਹੋ ਜਾਂਦੇ ਆ ਉਹਨਾਂ ਤੋਂ ਆਪਾਂ ਐਕਸਪੈਕਟ ਕਰ ਸਕਦੇ ਆ ਅਗਰ ਉਹਨਾਂ ਨੂੰ ਆਪਾਂ ਕਿਹਾ ਜਾਵੇ ਵੀ ਤੁਸੀਂ ਇੱਕ ਦੂਜੇ ਦੇ ਨਾਲ ਨਾ ਖੜੇ ਹੋਵੋ ਤੁਸੀਂ 6 ਫੁੱਟ ਦੀ ਦੂਰੀ ਤੇ ਹੋਵੋ ਉਹਨਾਂ ਤੋਂ ਆਪਾਂ ਐਕਸਪੈਕਟ ਕਰ ਸਕਦੇ ਆ ਲੇਕਿਨ ਇੱਕ ਛੋਟੇ ਬੱਚਿਆਂ ਨੂੰ ਜਿਹੜੇ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 5 ਤੱਕ ਆ ਜਾਂ ਫਿਰ ਈਵਨ 6 ਸੇਵਨ ਤੱਕ ਆ ਬੀਆ ਉਹਨਾਂ ਬੱਚਿਆਂ ਤੋਂ ਇਹ ਉਮੀਦ ਕਰਨੀ ਕਿ ਉਹ ਇੱਕ ਦੂਜੇ ਦੇ ਕੋਲੇ ਨਹੀਂ ਆਣਗੇ ਇੱਕ ਦੂਸਰੇ ਨਾਲ ਨਹੀਂ ਖੇਡਣਗੇ ਕਿ ਉਹ ਮਾਸਕ ਨੂੰ ਬਾਹਰੋਂ ਫੜ ਕੇ ਥੱਲੇ ਨੂੰ ਕਰ ਲਿਆ ਕਰਨਗੇ ਕੀ ਉਹਨਾਂ ਨੂੰ ਯਾਦ ਰਹੂਗਾ ਹੈਂਡ ਸੈਨੀਟਾਈਜ਼ ਕਰਨਾ ਕੀ ਉਹਨਾਂ ਨੂੰ ਆਪਣੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਦਾ ਧਿਆਨ ਰੱਖਣਾ ਚੇਤੇ ਰਹ ਜੂਗਾ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਇਹ ਹਜੇ ਵੀ ਥੋੜੀਆਂ ਜਿਹੀਆਂ ਗੁੰਝਲਦਾਰ ਵਿਸ਼ਾ ਬਣਿਆ ਹੋਇਆ ਇਹਦੇ 'ਚ ਇੱਕ ਹੋਰ ਵੀ ਪਹਿਲੂ ਆ ਇਹਦੇ 'ਚ ਸਿਰਫ ਬੱਚਿਆਂ ਦੀ ਪੜ੍ਹਾਈ ਦਾ ਪਹਿਲੂ ਨਹੀਂਗਾ ਹੁਣ ਜੇ ਟੀਚਰ ਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਆ ਜੇ ਟੀਚਰ ਤੋਂ ਬੱਚਿਆਂ ਨੂੰ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਆ ਜੇ ਬੱਚਿਆਂ ਤੋਂ ਟੀਚਰ ਨੂੰ ਹੋ ਗਿਆ ਵਾਈਸ ਪ੍ਰਿੰਸੀਪਲ ਨੂੰ ਹੋ ਗਿਆ ਜਾਨੀ ਜੇ ਆਪਾਂ ਇਹ ਉਮੀਦ ਕਰਦੇ ਹਾਂ ਕਿ ਇੱਕ ਸਕੂਲ ਚ ਲੈਟ ਸੇ ਛੋਟੇ ਬੱਚਿਆਂ ਦਾ ਸਕੂਲ ਤਕਰੀਬਨ 500 ਬੱਚਾ ਹੁੰਦਾ 500 ਬੱਚਿਆਂ ਨੂੰ ਉਹ ਕਹਿਣਗੇ ਵੀ ਅਸੀਂ ਮੰਡੇ ਨੂੰ ਚਲੋ 250 ਬੱਚਾ ਲੈ ਆਨੇ ਆ ਉਸ ਮੰਡੇ ਦੇ 250 ਬੱਚੇ ਚ ਦੋ ਬੱਚਿਆਂ ਨੂੰ ਪੋਜ਼ੀਟਿਵ ਡਿਕਲੇਅਰ ਹੋ ਗਿਆ ਫਿਰ ਕੀ ਕਰਨਾ ਕਿ ਸਾਰਾ ਸਕੂਲ ਬੰਦ ਹੋ ਜਾਊਗਾ ਉਸ ਉਹ ਮੰਡੇ ਦੀ ਕਲਾਸ ਸਾਰੀ ਦੀ ਸਾਰੀ ਕੁਆਰੰਟਾਈਨ ਹੋ ਜਾਊਗੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੇਰਾ ਖਿਆਲ ਚ ਇਹਦੇ ਬਾਰੇ ਹਜੇ ਕੋਈ ਡੰਗਾਈ ਦੇ ਵਿੱਚ ਕੋਈ ਠੋਸ ਸਬੂਤ ਨਹੀਂ ਨਜ਼ਰ ਆਇਆ ਇੱਕ ਹੋਰ ਪਹਿਲੂ ਵੀ ਆਏਗਾ ਉਹ ਹੈਗਾ ਕਿ ਟੀਚਰਾਂ ਨੂੰ ਰਿਮੋਟ ਡਿਸਟੈਂਸ ਲਰਨਿੰਗ ਦੀ ਹਜੇ ਉਨੀ ਮੁਹਾਰਤ ਨਹੀਂ ਗਈ ਕਿਉਂਕਿ ਜਿਹੜੇ ਟੀਚਰਸ ਆ ਉਹਨਾਂ ਨੂੰ ਟ੍ਰੇਨਡ ਹੀ ਇਨ ਕਲਾਸਰੂਮ ਕੀਤਾ ਜਾਂਦਾ ਸੀ ਉਹ ਪ੍ਰੈਕਟੀਕਲੀ ਆਪਣੇ ਬੋਲਦੇ ਸੀ ਜਿਹੜੇ ਯੂਨੀਵਰਸਿਟੀ ਦੇ ਲੈਕਚਰ ਹੁੰਦੇ ਆ ਕਾਲਜੇਸ ਦੇ ਲੈਕਚਰ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਉਹ ਤਕਰੀਬਨ ਤਕਰੀਬਨ ਉਦੋਂ ਅਡਲਟ ਹੋ ਚੁੱਕਿਆ ਹੁੰਦਾ ਜਾਨੀ ਵਿਦਿਆਰਥੀ ਕਿ ਉਹ ਟੀਚਰ ਵੀ ਅਡਲਟ ਹੁੰਦਾ ਤਾਂ ਉਹ ਅਡਲਟ ਟੂ ਅਡਲਟ ਲਰਨਿੰਗ ਰਿਮੋਟਲੀ ਥੋੜੀ ਜੀ ਸੌਖੀ ਆ ਪਰ ਜੇ ਆਪਾਂ ਇਹ ਸੋਚੀਏ ਕਿ ਇੱਕ ਟੀਚਰ 4th ਗ੍ਰੇਡ ਨੂੰ zoom ਦੇ थ्रू ਜਾਂ microsoft ਦੇ थ्रू ਜਾਂ team ਦੇ थ्रू ਜਾਂ ਹੋਰ ਐਜੀਆਂ ਡਿਸਟੈਂਟ ਲਰਨਿੰਗ ਤੇ थ्रू ਪੜਾ ਲੂਗਾ ਜਦੋਂ ਕਿ ਹਜੇ ਆਪਾਂ ਨੂੰ ਟੀਚਰਾਂ ਨੂੰ ਟ੍ਰੇਨ ਹੀ ਨਹੀਂ ਕੀਤਾ ਕਿ ਉਹਨਾਂ ਨੇ ਉਹ ਇੰਨੀ ਵੱਡੀ ਟੈਕਨੋਲੋਜੀ ਨੂੰ ਯੂਜ਼ ਕਿਵੇਂ ਕਰਨਾ ਉਹਦੇ ਬ੍ਰੇਕਆਊਟ ਰੂਮਸ ਕਿਵੇਂ ਯੂਜ਼ ਕਰਨੇ ਆ ਫਿਰ ਦੂਸਰੀ ਪ੍ਰੋਬਲਮ ਹੈਗੀ ਆ ਕਿ ਜੇ ਪੇਰੈਂਟਸ ਨੂੰ ਕੰਮ ਤੇ ਜਾਣਾ ਪਿਆ ਤਾਂ ਉਹ ਘਰ ਕੌਣ ਹੋਊਗਾ ਉਹਨਾਂ ਨੂੰ ਇਹ ਸਖਾਣ ਬਾਰੇ ਸੋ ਇਹ ਜਿਹੜੇ ਮੇਰਾ ਖਿਆਲ ਚ ਹਜੇ ਜਿਹੜੇ ਸਾਰਾ ਕੁਝ ਹੈਗਾ ਇਹ ਹਜੇ بڑا ਮੈਨੂੰ ਲੱਗਦਾ ਕਿ ਇਹ ਬਹੁਤ ਜਲਦੀ ਹੋ ਰਿਹਾ ਇਹਨਾਂ ਨੂੰ ਕੋਈ ਨਾ ਕੋਈ ਬੜੀ ਕਮਿਊਨਿਟੀ ਦੇ ਵਿੱਚ ਕੰਸਲਟੇਸ਼ਨਸ ਹੋਣੀਆਂ ਚਾਹੀਦੀਆਂ ਸੀ ਇਹਦੇ ਵਿੱਚ ਇਹਨਾਂ ਨੂੰ ਪੁੱਛਣਾ ਚਾਹੀਦਾ ਸੀਗਾ ਕਿ ਕਿਹੜੇ ਮਾਪੇ ਆ ਜਿਨ੍ਹਾਂ ਕੋਲੇ ਕੋਈ ਡੇ ਕੇਅਰ ਨਹੀਂਗਾ ਕੋਈ ਚਾਈਲਡ ਕੇਅਰ ਨਹੀਂ ਉਹਨਾਂ ਨੂੰ ਸਕੂਲ ਭੇਜਣੇ ਪੈਣੇ ਆ ਬੱਚੇ ਉਹ ਇੱਕ ਇੱਕ ਪ੍ਰੋਬਲਮ ਆ ਦੂਸਰੀ ਪ੍ਰੋਬਲਮ ਇਹ ਹੈਗੀ ਆ ਕਿ ਜੇ ਤੁਹਾਡੇ ਬੱਚੇ ਘਰ ਆ ਬਿਮਾਰ ਆ ਹੁਣ فرض ਕਰ ਲੋ ਕਿਸੇ ਬੱਚੇ ਨੂੰ ਅਸਥਮਾ ਉਹ ਹਾਇਰ ਰਿਸਕ ਤੇ ਆ ਕੀ ਉਹਨੂੰ ਆਪਣਾ ਭੇਜਾਂਗੇ ਇਹ ਪਰ ਮਤਲਬ ਕਿ ਸੀਰੀਅਸ ਕੁਐਸਚਨ ਆ ਬਿਲਕੁਲ ਔਰ ਔਰ ਇਹ ਜਿਹੜੀਆਂ ਮਤਲਬ ਕਿ ਡਿਸਕਸ਼ਨਸ ਆ ਇਹ ਪੇਰੈਂਟਸ ਵਾਸਤੇ ਵੀ ਬੜੀਆਂ ਪੇਨਫੁੱਲ ਆ ਇਹ ਸਕੂਲ ਬੋਰਡ ਵਾਸਤੇ ਵੀ ਬੜਾ ਪੇਨਫੁੱਲ ਆ ਔਰ ਇਹ ਮੈਨੂ ਲੱਗਦਾ گورਨਮੈਂਟ ਵਾਸਤੇ ਵੀ ਪੇਨਫੁਲ ਆ ਕਿਉਂਕਿ ਮੈਨੂੰ ਸ਼ਾਇਦ ਇਸੇ ਕਰਕੇ ਲੱਗਦਾ ਕਿ گورਨਮੈਂਟ ਸੇ ਵੀ ਕੋਈ ਖਾਸ ਕਲੀਅਰ ਸਟੈਂਡ ਨਹੀਂ ਲੈ ਰਹੀ ਆ ਵੀ ਅਸੀਂ ਆ ਕਰਨਾ ਕਿਉਂਕਿ ਜੇ ਉਹ ਕਲੀਅਰ ਸਟੈਂਡ ਲੈ ਲੈਣ ਫਿਰ ਆਪਾਂ ਉਹਦੇ ਤੇ ਕਿੰਤੂ ਪਰੰਤੂ ਕਰ ਸਕਦੇ ਆ ਦੇਖ ਸਕਦੇ ਆ ਵਿਚਾਰ ਵਟਾਂਦਰਾ ਕਰ ਸਕਦੇ ਆ ਵੀ ਇਹ ਸਹੀ ਆ ਕਿ ਨਹੀਂ ਪਰ ਕਿਉਂਕਿ ਡਾਮਾ ਡੋਲ ਤਾਂ ਸਕੂਲ ਬੋਰਡ ਵਾਲੇ ਵੀ ਆ ਵੇ ਉਹ ਉਹ ਕਤੇ ਕਹਿ ਦਿੰਦੇ हां ਅਸੀਂ ਖੋਲ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਅਸੀਂ ਦੇਖ ਰਹੇ ਆ ਅਸੀਂ ਹਾਦੀ ਹਜੇ ਪਲਾਨ ਬਣ ਰਹੀ ਆ ਤੁਸੀਂ ਲੇਟ ਸ਼ੁਰੂ ਕਰਾਂਗੇ ਸਕੂਲ ਇਹ ਵੀ ਨਵਾਂ ਆਇਆ ਬਿਲਕੁਲ ਸੋ ਉਹ ਹੁਣ ਉਹ ਸਾਰਾ ਕੁਝ ਜਿਹੜਾ ਖਾਸ ਕਰਕੇ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਸਟ्रेस ਵਧੀ ਜਾ ਰਿਹਾ ਜਿਉਂ ਜਿਉਂ ਸਪਟੰਬਰ ਕਲੋਜ਼ ਹੁੰਦਾ ਜਾਂਦਾ ਤਿਉਂ ਤਿਉਂ ਵਿਚਾਰਿਆਂ ਦਾ ਸਟ्रेस ਵਧੀ ਜਾਂਦਾ ਕਿਉਂਕਿ ਸਤੰਬਰ ਪਹਿਲਾਂ ਪੀਪੀਲ ਵਾਲਿਆਂ ਨੇ 8 ਸਤੰਬਰ ਨੂੰ ਖੋਲਣਾ ਸੀ ਹੁਣ ਲੱਗਦਾ ਥੋੜਾ ਜਿਹਾ ਹੋਰ ਡਿਲੇ ਕਰ ਰਹੇ ਆ ਕਿਉਂਕਿ ਉਹਨਾਂ ਦੀ ਹਜੇ ਪਲਾਨਿੰਗਸ ਨਹੀਂ ਪੂਰੀਆਂ ਹੋਈਆਂ ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਾਲਾ ਗੁੰਝਲਦਾਰ ਵਿਸ਼ਾ ਬਣ ਗਿਆ ਇਸ ਚੀਜ਼ ਨੂੰ ਮੇਰੇ ਖਿਆਲ ਚ ਹੈਂਡਲ ਕਰਨ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਸਕੂਲ ਬੋਰਡਸ ਨੇ ਗਲਤੀ ਕੀਤੀ ਆ ਉਹਨਾਂ ਨੂੰ ਮਾਹਰਾਂ ਨੂੰ ਕੰਸਲਟ ਕਰਨਾ ਚਾਹੀਦਾ ਸੀਗਾ ਬਈ ਅਸੀਂ ਇਹ ਨਾ ਦੀ ਰੀਓਪਨਿੰਗ ਕਿਵੇਂ ਕਰਦੇ ਔਰ ਜਿਵੇਂ ਬਾਕੀ ਸਾਰੀਆਂ ਕਾਰਪੋਰੇਸ਼ਨਸ ਨੂੰ ਪੈਸੇ ਮਿਲੇ ਆ ਸਕੂਲ ਬੋਰਡਾਂ ਨੂੰ ਵੀ ਪੈਸੇ ਮਿਲਣੇ ਚਾਹੀਦੇ ਸੀ ਤਾਂਕਿ ਉਹ ਇਨਵੈਸਟਮੈਂਟ ਕਰਕੇ ਬੱਚਿਆਂ ਤੇ ਸਟਾਫ ਨੂੰ ਸੇਫ ਰੱਖ ਸਕਦੇ ਪਰ ਉਹ ਨਹੀਂ ਕੁਝ ਹੋਇਆ ਸੋ ਨਾਊ ਦੇ ਆਈ ਥਿੰਕ ਬੈਕ ਟੂ ਸਕੁਏਅਰ 1 ਤੇ ਹੁਣ ਉਹ ਮੁਰ ਮੁਰ ਕੇ ਡਿਸਕਸ਼ਨਾਂ ਦੇ ਵਿੱਚ ਆਣ ਵਾਲਾ ਮੇਰਾ ਖਿਆਲ ਚ ਟਾਈਮ ਦੱਸੂਗਾ ਵੀ ਇਵਨ ਸਪਟੰਬਰ ਦੇ ਵਿੱਚ ਵੀ ਉਹ ਖੁੱਲ ਰਿਹਾ ਕਿ ਨਹੀਂ ਖੁੱਲ ਰਿਹਾ ਜੀ ਜੀ ਦੇਖਿਆ ਜਾਏ ਬਲਦੇਵ ਜੀ ਦਾ ਸਮਾਂ ਬਹੁਤ ਘੱਟ ਹੈ ਤੇ ਪੜਦੇ ਹਜੇ ਬਹੁਤ ਜ਼ਿਆਦਾ ਉਠਣੇ ਬਾਕੀ ਨੇ ਬੈਕ ਟੂ ਸਕੂਲ ਪਲਾਨ ਨੂੰ ਲੈ ਕੇ ਸਰਕਾਰਾਂ ਵੱਲੋਂ ਤਾਂ ਕਿ ਜਿਹੜੇ ਮਾਪੇ ਜਿਨ੍ਹਾਂ ਨੇ ਇਹ ਸੋਚਿਆ ਕਿ ਬੱਚਿਆਂ ਨੂੰ ਸਤੰਬਰ ਤੋਂ ਸਕੂਲ ਭੇਜਣਾ ਹੈ ਉਹ ਵੀ ਸੰਤੁਸ਼ਟੀ ਨਾਲ ਬੱਚਿਆਂ ਨੂੰ ਭੇਜਣ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਨਾ ਹੋਵੇ ਨਾ ਉਹਦਾ ਸਮਾਂ ਤੇ ਤਬੀਅਤ ਵੀ ਉੱਥੇ ਠੀਕ ਰਹੇ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਸੋਚਣ ਵਾਲੀਆਂ ਨੇ ਮਾਪਿਆਂ ਲਈ ਹਾਜੀ ਵੀ ਤੇ ਮੈਂ ਕਹਾਂਗੀ ਸਰਕਾਰਾਂ ਲਈ ਵੀ ਰੁਖ ਕਰਦੇ ਆ ਆਪਣੀ ਅਗਲੀ ਖਬਰ ਵੱਲ ਜੋ ਉਹ ਚੈਰਿਟੀ ਜਿਹੜਾ ਵੀ ਚੈਰਿਟੀ ਜਿਹੜਾ ਮਸਲਾ ਚੱਲ ਰਿਹਾ ਹੈ ਉਹਦੇ ਬਾਰੇ ਹੈ ਤੇ ਬਲਦੇਵ ਜੀ ਇਸ ਤੇ ਥੋੜੀ ਨਜ਼ਰ ਪਾਓ ਕਿ ਇਹ ਵੀ ਚੈਰਿਟੀ ਜਿਹੜਾ ਮਸਲਾ ਹੈ ਕੀ ਹੈ ਦਰਸਨ ਤਨਾਲ ਹੀ ਜਿਹੜੇ ਫਾਈਨੈਂਸ ਮਨਿਸਟਰ ਕੈਨੇਡਾ ਦੇ ਸੀ ਵਿੱਤ ਮੰਤਰੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਉਹਨਾਂ ਦਾ ਕੀ ਰੋਲ ਸੀ ਤੇ ਉਹਨਾਂ ਨੇ ਕਿਉਂ ਅਸਤੀਫਾ ਦਿੱਤਾ ਅ ਗੀ ਚੈਰਿਟੀ ਕ੍ਰਿੰਜੋਚੀ ਆਪਣੀ ਕੈਨੇਡਾ ਦੀ ਇੱਕ ਚੈਰਿਟੀ ਸੀ ਜਿਹੜੀ ਨੌਜਵਾਨਾਂ ਨੂੰ ਸਪੋਰਟ ਕਰਦੀ ਸੀ ਔਰ ਉਹਨਾਂ ਨੇ ਤਕਰੀਬਨ ਕਾਫੀ ਚੰਗਾ ਕੰਮ ਕੀਤਾ ਇਹ ਨਹੀਂ ਕਿ ਮਤਲਬ ਕਿ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਉਹਨਾਂ ਨੇ ਚੰਗਾ ਕੰਮ ਕੀਤਾ ਪ੍ਰੋਬਲਮ ਉਦੋਂ ਆ ਗਈ ਜਦੋਂ ਉਹਨਾਂ ਦੇ ਲਿੰਕਸ ਪ੍ਰਾਈਮ ਮਿਨਿਸਟਰ ਤੇ ਪਰਿਵਾਰ ਤੱਕ ਚਲੇ ਗਏ ਜਦੋਂ 900 ਕੁਝ ਮਿਲੀਅਨ ਡਾਲਰ ਦਾ ਉਹਨਾਂ ਨੂੰ ਕੰਟਰੈਕਟ ਮਿਲਿਆ ਫੈਡਰਲ ਗਵਰਨਮੈਂਟ ਤੋਂ ਉਦੋਂ ਉਸ ਵਕਤ ਆਪਣੇ ਜਿਹੜੇ ਫਾਈਨੈਂਸ ਮਿਨਿਸਟਰ ਸੀ ਤੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸੀ ਇਹਨਾਂ ਦੋਨਾਂ ਨੂੰ ਉਸ ਮੀਟਿੰਗ 'ਚ ਬੈਠਣਾ ਨਹੀਂ ਸੀ ਚਾਹੀਦਾ ਹਤੋ ਕਿ ਇਹਨਾਂ ਦੋਨਾਂ ਨੂੰ ਆਪਣੀ ਕਨਫਲਿਕਟ ਆਫ ਇੰਟਰਸਟ ਡਿਕਲੇਅਰ ਕਰ ਦੇਣੀ ਚਾਹੀਦੀ ਸੀ ਵੀ ਅਸੀਂ ਇਹਨਾਂ ਦੇ ਮਤਲਬ ਕਿ ਐਸੀ ਨਹੀਂ ਬੈਠ ਸਕਦੇ ਕਿਉਂਕਿ ਸਾਡਾ ਪਰਿਵਾਰ ਐਸ ਚੈਰਿਟੀ ਦੇ ਵਿੱਚ ਸ਼ਾਮਲਾ ਤੇ ਅਗਰ ਉਹ ਨਿਕਲ ਜਾਂਦੇ ਅਗਰ ਉਹ ਆਪਣੇ ਆਪ ਨੂੰ ਐਕਸਕਿਊਜ਼ ਕਰ ਲੈਂਦੇ ਫਿਰ ਇਹ ਇੱਕ ਕਿਸਮ ਦਾ ਸਕੈਂਡਲ ਨਹੀਂ ਸੀ ਬਣਨਾ ਹੁਣ ਇਹ 50% ਸਕੈਂਡਲ ਆ 50% ਕਿਉਂ ਆ 50% ਯੋ ਵੀ 950 ਜਾਂ ਕੁਝ ਇੰਨੇ ਕੋ ਮਿਲੀਅਨ ਡਾਲਰ ਇਹਨਾਂ ਨੇ ਵੀ ਚੈਰਿਟੀ ਨੂੰ ਦਿੱਤੇ ਉਹਨਾਂ ਨੇ ਚੱਕਿਆ ਉਹਨਾਂ ਨੇ ਚੱਕ ਕੇ 950 ਮਿਲੀਅਨ ਡਾਲਰ ਇਹਨਾਂ ਨੂੰ ਵਾਪਸ ਕਰਤੇ ਫੈਡਰਲ ਗਵਰਨਮੈਂਟ ਨੂੰ ਜਾਨੀ ਟੈਕਸ ਪੇਅਰ ਦਾ ਮਨੀ ਕੋਈ ਨਹੀਂ ਖਰਾਬ ਹੋਈ ਲੇਕਿਨ ਟਰੂਡੋ ਦੀ ਗਵਰਨਮੈਂਟ ਦੀ ਸਰਕਾਰ ਦਾ ਅਕਸ ਖਰਾਬ ਹੋ ਗਿਆ ਸੋ ਉਹਦੇ ਵਿੱਚ ਜਿਹੜੇ ਫਾਈਨੈਂਸ ਮਿਨਿਸਟਰ ਸੀ ਉਹ ਵੀ ਲਪੇਟੇ ਗਏ ਕਿਉਂਕਿ ਉਹਨਾਂ ਨੂੰ ਵੀ ਪੈਸੇ ਮਿਲੇ ਸੀ ਕਿ ਉਹਨਾਂ ਨੇ ਫਿਰ ਵਾਪਸ ਕੀਤੇ ਸੀਗੇ ਸੋ ਉਹ ਉਹ ਉਹਨਾਂ ਦਾ ਵੀ ਕਨਫਲਿਕਟ ਆਫ ਇੰਟਰਸਟ ਹੋ ਗਿਆ ਉਹ ਵੀ ਉਸ ਮੀਟਿੰਗ 'ਚ ਸੀ ਫਿਰ ਟਰੂਡੋ ਸਾਫ ਦੀ ਮਦਰ ਤੇ ਇਹਨਾਂ ਦੇ ਬ੍ਰਦਰ ਦਾ ਵੀ ਪਰਿਵਾਰ ਦੇ ਹੋਣ ਦੀ ਖਾਤਰ ਇਹਨਾਂ ਨੂੰ ਵੀ ਪੈਸੇ ਮਿਲੇ ਸੀ ਆਮ ਤੌਰ ਤੇ ਜਿਹੜੀਆਂ ਚੈਰਿਟੀਜ਼ ਹੁੰਦੀਆਂ ਵਾਲੀਆਂ ਜਿਵੇਂ ਆਪਣੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਵੀ ਪੀਸੀਐਚਐਸ ਫਾਊਂਡੇਸ਼ਨ ਇੱਕ ਚੈਰਿਟੀ ਆ ਆਮ ਤੌਰ ਤੇ ਅਸੀਂ ਕਿਸੇ ਨੂੰ ਪੈਸੇ ਪੇ ਨਹੀਂ ਕਰਦੇ ਆਮ ਤੌਰ ਤੇ ਜੇ ਕਿਸੇ ਨੂੰ ਪੈਸੇ ਪੇ ਕਰਦੇ ਆ ਫਿਰ ਸਾਨੂੰ ਮਤਲਬ ਕਿ ਰੈਵਨਿਊ ਕੈਨੇਡਾ ਕਹਿੰਦਾ ਵੀ ਤੁਸੀਂ ਇਹ ਡਿਕਲੇਅਰ ਕਰੋ ਕਿ ਜੀਨੂੰ ਤੁਸੀਂ ਪੈਸੇ ਦਿੱਤੇ ਆ ਉਹਦਾ ਡਾਇਰੈਕਟ ਤੇ ਇੰਡਾਇਰੈਕਟ ਫਾਊਂਡੇਸ਼ਨ ਤੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੇ ਉਹ ਤੁਸੀਂ ਸਿਰਫ ਉਹਨੂੰ ਐਸ ਕਰਕੇ ਲਿਆ ਰਹੇ ਹੋ ਤਾਂ ਕਿ ਤੁਹਾਡੇ ਫੰਡਸ ਜਨਰੇਟ ਹੋਣ ਜਿਵੇਂ ਆਪਾਂ ਕਿਸੇ ਨਾਮਵਰ ਕਵੀ ਨੂੰ ਇੰਡੀਆ ਤੋਂ ਬੁਲਾ ਲიਏ ਤੇ ਉਹਦੇ ਨਾਲ ਲੋਕ ਆ ਜਾਣ ਤੇ ਉਹ ਆਪਾਂ ਨੂੰ ਦਾਨ ਕਰ ਦੇਣ ਤੇ ਆਪਾਂ ਉਸ ਦਾਨ ਦੇ ਵਿੱਚੋਂ ਥੋੜੇ ਜਿਹੇ ਪੈਸੇ ਉਸ ਕਵੀ ਨੂੰ ਦੇ ਦਈਏ ਤਾਂ ਉਹਦੇ ਨਾਲ ਮਤਲਬ ਕਿ ਪਰ ਜੇ ਉਹ ਕਵੀ ਜਿਹੜਾ ਆਪਣੀ ਫਾਊਂਡੇਸ਼ਨ ਆ ਉਹਦੇ ਨਾਲ ਉਹਦਾ ਕੋਈ ਲਿੰਕ ਨਿਕਲਿਆ ਵੀ ਪਰਿਵਾਰਕ ਫਿਰ ਇਹ ਕਨਫਲਿਕਟ ਆਫ ਇੰਟਰਸਟ ਪੜ ਜਾਂਦਾ ਫਿਰ ਉਹ ਕਹਿੰਦੇ ਵੀ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੇਈ ਜਾਂਦੇ ਹੋ ਪੈਸੇ ਜੀ ਸੋ ਆ ਜਿਹੜੀ ਗੱਲਬਾਤ ਹੋਈ ਆ ਉਹਦੇ ਨਾਲ ਹੁਣ ਹੋਇਆ ਕੀ ਕਿ ਹੁਣ ਆਪੋਜੀਸ਼ਨ ਵਾਲਿਆਂ ਨੂੰ ਮੌਕਾ ਮਿਲ ਗਿਆ ਵੀ ਇਹਨਾਂ ਦੀ ਸਰਕਾਰ ਡੇਗੋ ਹੁਣ ਇਹਦੇ ਚ ਇੱਕ ਹੋਰ ਤਾਪੇਸ਼ ਵੀ ਆ ਕਿ ਜੇ ਅਸੀਂ ਜੇ ਅਸੀਂ ਇਹ ਸਰਕਾਰ ਡੇਗਦੇ ਆ ਤਾਂ ਜਿਹੜੇ ਪੀਸੀ ਪਾਰਟੀ ਆ ਤੇ ਜਿਹੜੀ ਬਲੋਕ ਕਬਕਾ ਪਾਰਟੀ ਆ ਉਹ ਤਾਂ ਹੈਗੇ ਆ ਤਗੜੇ ਉਹਨਾਂ ਕੋਲੇ ਪੈਸੇ ਹੈਗੇ ਆ ਇਲੈਕਸ਼ਨ ਲੜਨ ਨੂੰ ਪਰ ਜਿਹੜੀ ਐਂਡੀਪੀ ਆ ਵਿਚਾਰੀ ਉਹ ਖੋਖਲੀ ਹੋ ਚੁੱਕੀ ਆ ਉਹਨਾਂ ਕੋਲੇ ਪੈਸੇ ਹੈ ਨਹੀਂ ਉਹ ਕਹਿੰਦੇ ਆ ਵੀ ਅਸੀਂ ਇਲੈਕਸ਼ਨ ਨਹੀਂ ਕਾਲ ਕਰਨੇ ਤੇ ਉਹ ਲਿਬਰਲ ਨਾਲ ਜੁੜੇ ਹੋਏ ਆ ਇਧਰੋਂ ਜਿਹੜੇ ਪੀਸੀ ਤੇ ਬਲੋਕ ਆ ਉਹ ਆਪਸ ਵਿੱਚ ਇਕੱਠੇ ਆ ਹੁਣ ਉਹ ਕਹਿੰਦੇ ਆ ਵੀ ਤੁਸੀਂ ਇਹ ਸੱਦੋ ਪਾਰਲੀਮੈਂਟ ਤਾਂ ਕਿ ਅਸੀਂ ਵੋਟ ਆਫ ਨੋਨ ਕੰਫੀਡੈਂਸ ਕਰੀਏ ਤੇ ਉੱਥੇ ਫਿਰ ਇਹ ਡਿਸਾਈਡ ਹੋਵੇ ਕਿ ਇਹ ਗਵਰਨਮੈਂਟ ਚੱਲੇਗੀ ਕਿ ਨਹੀਂ ਚੱਲੇ ਮੈਨੂੰ ਲੱਗਦਾ ਕਿ ਐਨਡੀਪੀ ਅਗਰ ਸਮਾਰਟ ਹੋਵੇ ਆ ਉਹ ਟਰੂਡੋ ਦਾ ਸਾਥ ਦਵੇ ਕਿਉਂਕਿ ਜੇ ਉਹ ਵੀ ਵੋਟ ਅਗੇਂਸਟ ਵੋਟ ਪਾ ਦਿੰਦੇ ਆ ਫੇਰ ਤਾਂ ਟਰੂਡੋ ਹਾਰ ਗਿਆ ਯਾਨੀ ਫੇਰ ਤਾਂ ਇਹਨਾਂ ਕਰੰਟ ਸਰਕਾਰ ਹਾਰ ਜੂ ਪਰ ਕੁਐਸਚਨ ਹੈਗਾ ਕਿ ਉਸ ਤੋਂ ਬਾਅਦ ਐਨਡੀਪੀ ਕੋਲੇ ਤਾਂ ਪੈਸੇ ਹੀ ਨਹੀਂ ਹੈਗੇ ਲੜਨ ਵਾਸਤੇ ਉਹ ਵਿਚਾਰੇ ਕੀ ਕਰਨਗੇ ਸੋ ਇਸ ਕਰਕੇ ਐਨਡੀਪੀ ਬੜੀ ਕਸੂਤੀ ਫਸੀ ਆ ਇੱਕ ਪਾਸੇ ਤਾਂ ਉਹ ਚਾਹਦੇ ਨਹੀਂ ਵੀ ਅਸੀਂ ਇਹਨਾਂ ਨੂੰ ਸਪੋਰਟ ਕਰੀਏ ਦੂਜੇ ਪਾਸੇ ਉਹ ਕਰ ਕੁਛ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਬੈਂਕ ਅਕਾਊਂਟ ਖਾਲੀ ਪਿਆ ਉਹ ਇਲੈਕਸ਼ਨ ਲਾੜੀ ਨਹੀਂ ਸਕਣਗੇ ਤੇ ਇਲੈਕਸ਼ਨ ਅਗਰ ਹੋਗੀ ਤਾਂ ਬਹੁਤ ਛੇਤੀ ਬਹੁਤ ਛੇਤੀ ਉਹਨਾਂ ਦਾ ਇਹ ਕੰਮ ਖਰਾਬ ਹੋ ਜਾਊਗਾ ਸੋ ਉਸ ਸੈਂਸ ਦੇ ਵਿੱਚ ਮੈਨੂੰ ਲੱਗਦਾ ਕਿ ਅਗਰ ਨੋ ਕੰਫੀਡੈਂਸ ਦੀ ਵੋਟ ਆ ਵੀ ਜਾਵੇ ਮੈਨੂੰ ਲੱਗਦਾ ਕਿ ਹਜੇ ਟਰੂਡੋ ਸਰਕਾਰ ਡਿਗੂਗੀ ਨਹੀਂ ਬਿਲਕੁਲ ਇਹ ਹੀ ਮੇਰਾ ਅਗਲਾ ਸਵਾਲ ਸੀ ਜਿਹਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਦਿੱਤਾ ਹੈ ਹਾਲਾਂਕਿ ਐਨਡੀਪੀ ਦੀ ਪਿਛਲੇ ਜੇ ਨਿਊਜ਼ ਚੋਣਾਂ ਨੇ ਕਿਹਾ ਸੀ ਕਿ ਸਾਡੇ ਕੋਲ ਇਨਾਫ ਫੰਡਸ ਨਹੀਂ ਕਿ ਅਸੀਂ ਅਗੇ ਇਲੈਕਸ਼ਨਸ ਕਰਵਾ ਸਕਦੇ ਆ ਪਰ ਚਲੋ ਉਹ ਤਾਂ ਜੋ ਹੋਏਗਾ ਉਸ ਸਮਾਂ ਦੱਸੇਗਾ ਤੇ ਹੁਣ ਰੁਖ ਕਰਦੇ ਆ ਜਿਹੜੀ ਸਾਡੀ ਐਸ ਪ੍ਰੋਗਰਾਮ ਦੀ ਅੱਜ ਦੀ ਆਖਰੀ ਖਬਰ ਹੈ ਉਸ ਵੱਲ ਉਹ ਖਬਰ ਪੰਜਾਬ ਤੋਂ ਅਸੀਂ ਲੀਤੀ ਹੈ ਤੇ ਆ ਪੰਜਾਬ 'ਚ ਕੋਰੋਨਾ ਦੇ ਕੇਸਿਸ ਦਿਨ ਬਦਨ ਵਧ ਰਹੇ ਨੇ ਹਾਲਾਤ ਵਿਗੜ ਰਹੇ ਨੇ ਤੇ ਇਸ ਦੀ ਚਲਦੇ ਆ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫਤੇ ਬਹੁਤ ਹੀ ਕਹਿ ਲੋ ਅਹਿਮ ਕਦਮ ਚੁੱਕੇ ਨੇ ਉਹਨਾਂ ਬਾਰੇ ਤੁਹਾਡਾ ਕੀ ਸੋਚਣਾ ਹੈ ਕਿ ਉਹ ਕਦਮ ਜਿਹੜੇ ਲੋਕ ਉਹਨਾਂ ਨੂੰ ਐਕਸੈਪਟ ਕਰਨਗੇ ਉਹਨਾਂ ਤੇ ਚੱਲਣਗੇ ਜੋ ਸਰਕਾਰਾਂ ਨੇ ਕੀ ਹੈ ਤੇ ਹਾਲਾਂਕਿ ਉਹ ਕਰਫਿਊ ਵਗੈਰਾ ਜਾਂ ਬਹੁਤ ਸਟ੍ਰਿਕਟ ਰੂਲਸ ਨੇ ਤੇ ਲੋਕਾਂ ਨੂੰ ਚੱਲਣਾ ਵੀ ਪਏਗਾ ਪਰ ਉਹਦੇ ਅਸਰ ਕੀ ਹੋਏਗਾ ਆ ਆਖਰੀ ਜਿ세 ਗੱਲ ਕਰੀਏ ਪੰਜਾਬ ਦੇ ਲੋਕਾਂ ਤੇ ਤੇ ਕੋਰੋਨਾ ਵਾਇਰਸ ਦੀ ਸਥਿਤੀ ਤੇ ਸੇ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਚ ਆਪਾਂ ਕਿਉਂਕਿ ਪੰਜਾਬ ਦੀ ਗੱਲ ਕਰ ਰਹੇ ਆਂ ਪੰਜਾਬ ਦੇ ਵਿੱਚ ਵੀ ਕੋਈ ਲੀਡਰਸ਼ਿਪ ਕਿਸੇ ਨੇ ਲੀਡਰਸ਼ਿਪ ਨਹੀਂ ਦਿਖਾਈ ਕਰੋਨਾ ਵਾਇਰਸ ਨੂੰ ਟੈਕਲ ਕਰਨ ਦੇ ਲਈ ਅਗਰ ਆਪਾਂ ਲੀਡਰਸ਼ਿਪ ਡਾਕਟਰ ਕਰਿੰਜੋਤੀ ਦੇਖੀਏ ਤਾਂ ਆਪਾਂ ਨੂੰ ਕੇਰਲਾ ਦੇ ਵਿੱਚ ਉਹਨਾਂ ਦੇ ਜਿਹੜਾ ਹੈਲਥ ਮਨਿਸਟਰ ਆ ਉਹਦੀ ਲੀਡਰਸ਼ਿਪ ਸੀ ਜਦੋਂ ਕੋਈ ਬੰਦਾ ਲੀਡਰਸ਼ਿਪ ਦਿਖਾਉਂਦਾ ਨਾ ਤਾਂ ਫਿਰ ਮਹਾਮਾਰੀ ਹੋਵੇ ਜਾਂ ਲੜਾਈ ਦਾ ਮੈਦਾਨ ਹੋਵੇ ਜਾਂ ਕੁਝ ਵੀ ਹੋਵੇ ਫਿਰ ਉਹਨੇ ਅਸਰ ਸਾਹਮਣੇ ਆ ਜਾਂਦੇ ਸੋ ਇਹਨਾਂ ਦਾ ਜਿਹੜਾ ਸਿਹਤ ਮੰਤਰੀ ਸੀਗਾ ਪੰਜਾਬ ਦਾ ਉਹਨੂੰ ਘਟੋ ਘਟ ਫਲਾਈ ਕਰਕੇ ਜਾਣਾ ਚਾਹੀਦਾ ਸੀਗਾ ਕੈਰਲਾ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਉਹਨਾਂ ਨੂੰ ਪੁੱਛਣਾ ਚਾਹੀਦਾ ਸੀਗਾ ਵੀ ਤੁਸੀਂ ਇਹੋ ਜਿਹਾ ਕੀ ਕੀਤਾ ਕਿ ਤੁਹਾਡੇ ਪੂਰੇ ਪ੍ਰੋਵਿੰਸ ਦੇ ਵਿੱਚ ਕੋਈ ਆਇਆ ਹੀ ਨਹੀਂ ਇੰਨਾ ਕੋਈ ਜ਼ਬਰਦਸਤ ਜਾਨੀ ਤੁਸੀਂ ਡੀਲ ਹੀ ਨਹੀਂ ਤੁਹਾਨੂੰ ਕਰਨਾ ਪਿਆ ਤੇ ਕੰਪੈਰੀਟਿਵਲੀ ਅਸੀਂ ਕਿੰਨਾ ਸਟਰਗਲ ਕਰ ਰਹੇ ਹਾਂ ਤੇ ਉਹਦੇ ਤੋਂ ਕੁਝ ਸਿੱਖ ਲੈਂਦੇ ਸੋ ਇਸ ਕਰਕੇ ਮੈਨੂੰ ਤਾਂ ਇੱਕ ਇਹ ਪਹਿਲੂ ਦੇਖਣ ਨੂੰ ਮਿਲ ਰਿਹਾ ਕਿ ਕੋਈ ਲੀਡਰਸ਼ਿਪ ਨਹੀਂ ਗਈ ਹੁਣ ਇਹ ਲਾਕਡਾਊਨ ਕਰ ਲੈਣ ਜਾਂ ਨਾ ਕਰ ਲੈਣ ਉਹਦੇ ਨਾਲ ਇਕਨੋਮੀ ਦਾ ਕੀ ਬਣੂਗਾ ਉਹਦੇ ਨਾਲ ਕਿਸਾਨ ਦੇ ਜਾਂ ਫਸਲਾਂ ਦਾ ਕੀ ਬਣੂਗਾ ਉਹਦੇ ਚ ਮੰਡੀਆਂ ਚ ਕਿਵੇਂ ਲੈ ਕੇ ਜਾਣਗੇ ਉਹ ਜਿਹੜਾ ਸਾਰਾ ਕੁਝ ਆ ਉਹ ਇੱਕ ਵੱਖਰਾ ਜਾਨੀ ਦੁੱਖ ਦੇ ਵਿੱਚ ਦੀ ਕਮਿਊਨਿਟੀ ਨੂੰ ਨਿਕਲਣਾ ਪੈਂਦਾ ਜਦੋਂ ਲਾਕਡਾਊਨ ਤੁਸੀਂ ਕਰ ਦਿੰਨੇ ਹੋ ਪਛਾਣ ਦੀ ਖਾਤਰ ਪਰ ਕੱਲਾ ਲੋਕਡਾਊਨ ਹੀ ਕਰਨਾ ਕਿ ਤੁਹਾਡੇ ਕੋਲੇ ਵਾਕਿਆ ਹੀ ਕੋਈ ਬੈੱਡ ਵੀ ਹੈਗੇ ਆ ਕੋਈ ਵੈਂਟੀਲੇਟਰਸ ਵੀ ਹੈਗੇ ਆ ਕੋਈ ਕੁਝ ਵੀ ਹੈਗੇ ਆ ਆ ਪਿੱਛੇ ਜੇ ਮੈਨੂੰ ਪਤਾ ਲੱਗਿਆ ਕਿ ਫਰੀਦ ਬਾਬਾ ਫਰੀਦ ਕੋਟ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਹਨਾਂ ਨੂੰ ਤਾਂ ਇੰਨਾ ਚੰਡੀਗੜ੍ਹ ਲੈ ਕੇ ਗਏ ਆ ਉਹਨਾਂ ਦੇ ਕੋਲੇ ਤਾਂ ਪੂਰੇ ਉਸ ਇਲਾਕੇ ਚ ਫਰੀਦਕੋਟ ਦੇ ਇਲਾਕੇ ਚ ਇੱਕ ਵੀ ਹਸਪੀਟਲ ਨਹੀਂ ਸੀਗਾ ਜਿੱਥੇ ਉਹਨੂੰ ਵੈਂਟੀਲੇਟਰ ਤੇ ਵਿਚਾਰੇ ਰੱਖ ਸਕਣ ਤੇ ਉਹਨਾਂ ਨੇ ਚੱਕ ਕੇ ਉਹਨੂੰ ਚੰਡੀਗੜ੍ਹ ਤੋਂ ਜੇ ਇਹ ਹਾਲਤ ਇੱਕ ਵਾਈਸ ਚਾਂਸਲਰ ਦੀ ਆ ਯੂਨੀਵਰਸਿਟੀ ਦੇ ਟਾਪਮੋਸ ਪੋਜੀਸ਼ਨ ਦੀ ਤੇ ਆਲਡਨਰੀ ਲੋਕਾਂ ਤੋਂ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਸੋ ਮੇਰੇ ਖਿਆਲ ਦੇ ਵਿੱਚ ਕਿ ਇਹ ਬਹੁਤ ਹੀ ਇੱਕ ਦਰਦਨਾਕ ਹਿੰਦੁਸਤਾਨ ਦੀ ਲੀਡਰਸ਼ਿਪ ਆ ਸਵਾਏ ਕੇਰਲਾ ਦੇ ਹੈਲਥ ਮਨਿਸਟਰ ਤੋਂ ਅਲਾਵਾ ਕੋਈ ਹੋਰ ਸਟੇਟ ਕੁਝ ਹੀ ਕਿਸਮ ਦੀ ਵੀ ਲੀਡਰਸ਼ਿਪ ਸ਼ੋ ਨਹੀਂ ਕਰ ਰਹੀ ਕਰੋਨਾ ਵਾਇਰਸ ਨੂੰ ਟੈਕਲ ਕਰਨ ਦੇ ਲਈ ਨਾ ਹੀ ਇਹਨਾਂ ਚ ਕੋਈ ਹਮਦਰਦੀ ਆ ਨਾ ਹੀ ਇਹਨਾਂ ਨੇ ਕੋਈ ਕਿਸੇ ਕਿਸਮ ਦਾ ਗਰੀਬਾਂ ਨੂੰ ਕੁਝ ਵੀ ਦੇਣ ਵਾਸਤੇ ਕੋਈ ਇਹਨਾਂ ਨੇ ਕੋਈ ਸਕੀਮ ਲਾਗੂ ਕੀਤੀ ਆ ਕੋਈ ਕੁਝ ਕੀਤਾ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਲਾਕਡਾਊਨ ਕਰਨ ਦੇ ਨਾਲ ਕਰੋਨਾ ਵਾਇਰਸ ਨੂੰ ਕੁਝ ਹੋਊਗੀ ਹਾਂ ਗਰੀਬਾਂ ਨੂੰ ਜ਼ਰੂਰ ਹੋਰ ਕੁਝ ਲਿਆ ਜਾ ਸਕਦਾ ਇਸ ਲਈ ਬਿਲਕੁਲ ਜੀ ਜੋ ਇਤਿਹਾਸ ਰਿਹਾ ਹੈ 4 ਮਹੀਨੇ ਪਿਛਲੇ ਦਾ ਪਿਸੇਤਾ ਗਰੀਬੀ ਨੇ ਤੇ ਉਮੀਦ ਕਰਦੇ ਆ ਕਿ ਹਾਲਾਤ ਸੁਧਰਣਗੇ ਸਰਕਾਰ ਜਿਹੜੀ ਉਮੀਦ ਨਾਲ ਇਹ ਸਾਰੇ ਲੋਕਡਾਊਨ ਜਾਂ ਕਰਫਿਊ ਲਗਾ ਰਹੀ ਹੈ ਉਮੀਦ ਤੇ ਲੋਕ ਵੀ ਖਰੇ ਉਤਰਣਗੇ ਮੰਨਣਗੇ ਤੇ ਸੰਭਲ ਕੇ ਚੱਲਣਗੇ ਤੇ ਬਾਕੀ ਦੇਖੋ ਸਮਾਂ ਦੱਸੇਗਾ ਫਿਰ ਬਲਦੇਵ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਚ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਥੈਂਕ ਯੂ ਜੀ ਜੀ ਇਸੀ ਸਾਡੇ ਅੱਜ ਦਾ ਪ੍ਰੋਗਰਾਮ ਪਰਛੋਲ ਜਾਂਦੇ ਜਾਂਦੇ ਆਪਣੇ ਸਾਰੇ ਦਰਸ਼ਕਾਂ ਨੂੰ ਅਸੀਂ ਗਣੇਸ਼ ਚਤੁਰਤੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆਂ ਇਸੇ ਨਾਲ ਹੀ ਮੈਨੂੰ ਕਿਰਨ ਜੁੱਤੂ ਦੇ ਇਜਾਜ਼ਤ ਤੁਸੀਂ ਦੇਖਦੇ ਰਹੋ ਪੀਸੀਐਚਐਸ ਮੀਡੀਆ